ਅਸਲਾਮ ਵਾਲੇਕੁਮ ਭਾਈ ਜਾਨ, ਕਿਆ ਹਾਲ ਹੈ? ਠੀਕ ਹੋ? ਲਓ ਭਾਈ, ਪਿਓਰ ਇੱਕ ਸਖੀ ਵਾਲਾ ਕਬੂਤਰ ਦਾ ਸ਼ੌਂਕ ਕਰਾ ਰਹੇ ਹਾਂ, ਪਿਓਰ ਸਖੀ ਵਾਲਾ, ਕਿਸੇ ਚੀਜ਼ ਦਾ ਇਹਦੇ ਵਿੱਚ ਕਰਾਸ ਕਰੂਸ ਨਹੀਂ ਮੇਰਾ ਭਾਈ ਹੈਗਾ। ਠੀਕ ਆ, ਕਰੀਬਨ ਕੁਛ 6 ਤੋਂ 7 ਸਾਲਾਂ ਕਬੂਤਰਾਂ ਦੇ ਜ਼ਰੇ ਦੇਖੋ ਤੁਸੀਂ, ਠੀਕ ਆ ਮੇਰਾ ਭਾਈ। ਲਓ ਭੈਣ, ਸਲਾਰਾ ਕਬੂਤਰ, ਇਹਦੇ ਫਿਰ ਤੁਹਾਨੂੰ ਬੱਚਿਆਂ ਦਾ ਸ਼ੌਂਕ ਕਰਵਾਉਂਦੇ ਹਾਂ ਭੈਣ, ਜੋੜਾ ਨਹੀਂ ਸੇਲ ਕਰਨਾ, ਸਿਰਫ ਬੱਚੇ ਭੈਣ ਸੇ ਮਿਲ ਜਾਣਗੇ, ਠੀਕ ਆ ਮੇਰਾ ਭਾਈ। ਲੋ ਭੈਣ, ਦੁੰਬ ਚੈੱਕ ਕਰੋ, ਬੈਲੈਂਸ ਦੇਖੋ, ਕਿਸੇ ਕਬੂਤਰ ਦੇ ਇਨਸ਼ਾਲਾ ਜਿਤਨੇ ਵੀ ਦਿਖਾਵਾਂਗੇ ਕਿਸੇ ਦੇ ਆ ਹੱਡੀ ਨਹੀਂ ਹੋਏਗੀ ਇਨਸ਼ਾਲਾ। ਲੋ ਭੈਣ, ਕਬੂਤਰੀ ਦਾ ਸ਼ੌਂਕ ਕਰੋ ਮੇਰਾ ਭਾਈ, ਇਨਸ਼ਾਲਾ ਪਤਾ ਲੱਗ ਜਾਏਗਾ ਭੈਣ ਕੋਈ ਜੋੜਾ ਲੱਗਾ ਸੀ ਤਾਂ ਗਾਂ ਬੱਚੇ ਵੀ ਕਿਆ ਨਿਕਲੇ ਨੇ। ਲੋ ਭੈਣ, ਮਾਦੀ ਦਾ ਸ਼ੌਂਕ ਕਰੋ, ਕੁੰਦੇ ਦਾ ਸ਼ੌਂਕ ਕਰੋ, ਦੇਖੋ ਵਾਇਬ੍ਰੇਸ਼ਨ ਦੇਖੋ ਮੇਰਾ ਭਾਈ, ਠੀਕ ਆ। 9ਵੀਂ ਤੇ 10ਵੀਂ ਬਰਾਬਰ, 8ਵੀਂ ਦੇਖੋ ਭੈਣ ਕਿਹੜੀ ਬੜੀ, ਠੀਕ ਆ ਮੇਰਾ ਭਾਈ। ਲਓ ਭੈਣ, ਇਹਦੇ ਹੁਣ ਤੁਹਾਨੂੰ ਬੱਚਿਆਂ ਦਾ ਸ਼ੌਂਕ ਕਰਵਾ ਦਿੰਦੇ ਹਾਂ ਤੁਹਾਨੂੰ ਇਨਸ਼ਾਲਾ। ਲਓ ਭੈਣ, ਬੱਚੇ ਦਾ ਸ਼ੌਂਕ ਕਰੋ, ਇਨਸ਼ਾਲਾ ਪੱਠਾ ਬਣੇਗਾ ਇਨਸ਼ਾਲਾ, ਵੇਖੋ ਕੁੰਦਾ ਲੱਗਾ ਮੇਰਾ ਭਾਈ ਇਨਸ਼ਾਲਾ, ਕਿਸੇ ਦਾ ਵੀ ਕੁੰਦਾ ਫੜ ਕੇ ਇੰਜ ਨਹੀਂ ਗਿਰਾ, ਆਪਣੇ ਆਪਣੇ ਖੰਭ ਆਪ ਹੀ ਆਪਣੇ ਅੰਦਰ ਲੈ ਕੇ ਜਾਏਗਾ ਇਨਸ਼ਾਲਾ। ਦੇਖੋ ਭੈਣ, ਬੱਚਿਆਂ ਦਾ ਬੈਲੈਂਸ ਦੇਖੋ ਦੁੰਬ ਦਾ। ਲਓ ਮੇਰਾ ਭਾਈ, ਠੀਕ ਹੈ। ਲਓ ਭੈਣ, ਇਨਸ਼ਾਲਾ ਪੱਠੀ ਬਣੇਗੀ, ਸ਼ੌਂਕ ਕਰੋ ਉਸ ਪੱਠੀ ਦਾ ਵੀ ਮੇਰਾ ਭਾਈ। ਲਓ ਮੇਰਾ ਭਾਈ, ਪੱਲੇ ਦਾ ਸ਼ੌਂਕ ਕਰੋ, ਕਿਸੇ ਜਗ੍ਹਾ ਤੇ ਫੜ ਕੇ ਕੋਈ ਕਿਸੇ ਚੀਜ਼ ਦੀ ਬਗੈਰ ਨਹੀਂ ਇਨਸ਼ਾਲਾ ਹੋਏਗੀ ਮੇਰਾ ਭਾਈ। ਲਓ ਮੇਰਾ ਭਾਈ, ਦੁੰਬ ਦੇਖ ਲਓ ਮੇਰਾ ਭਾਈ, ਠੀਕ ਹੈ ਜੀ। ਲਓ ਜੀ, ਲਓ ਮੇਰਾ ਭਾਈ, ਠੀਕ ਹੈ ਜੀ, ਸ਼ੌਂਕ ਕਰ ਲਓ ਮੇਰਾ ਭਾਈ, ਠੀਕ ਹੈ ਇਨਸ਼ਾਲਾ, ਕਿਸੇ ਚੀਜ਼ ਦਾ ਮੇਰਾ ਭਾਈ ਇਹਨਾਂ 'ਚ ਕਰਾਸ ਨਹੀਂ ਹੋਏਗਾ ਇਨਸ਼ਾਲਾ, ਠੀਕ ਹੈ। ਸਿਰਫ ਹਰ ਚੀਜ਼ ਵਾਜ਼ਿਆ ਦਿਖਾਉਣ ਦਾ ਮਕਸਦ ਇਹ ਹੁੰਦਾ ਭਾਈ, ਕੋਈ ਦੋ ਲੰਬਰੀ ਨਹੀਂ, ਕੋਈ ਚੀਜ਼ ਨਹੀਂ ਇਨਸ਼ਾਲਾ, ਜਿਹੜੀ ਚੀਜ਼ ਦਿਖਾਵਾਂਗੇ ਉਸ ਤੋਂ 1000 ਗੁਣਾ ਇਨਸ਼ਾਲਾ ਅੱਛੀ ਨਿਕਲੇਗੀ, ਠੀਕ ਆ ਮੇਰਾ ਭਾਈ, ਠੀਕ ਆ। ਕਾਬਕਾਂ 'ਚ ਨਿਕਲੇ ਨੇ, ਖਲੋ ਨਹੀਂ ਰਹੇ ਸਹੀ ਦੇ ਤਰੀਕੇ ਨਾਲ, ਠੀਕ ਆ ਮੇਰਾ ਭਾਈ। ਆਹ ਪੱਠੀ ਬਣੇਗੀ ਇਨਸ਼ਾਲਾ, ਆਹ ਪੱਠਾ ਬਣੇਗਾ ਇਨਸ਼ਾਲਾ, ਬਾਕੀ ਅੱਲਾ ਬਿਹਤਰ ਜਾਣਦਾ ਮੇਰਾ ਭਾਈ, ਆ ਇਹਨਾਂ ਦਾ ਬਾਪ ਆ ਮੇਰਾ ਭਾਈ, ਠੀਕ ਆ ਜੀ, ਆ ਫੀਮੇਲ ਆ ਮੇਰਾ ਭਾਈ, ਠੀਕ ਆ।